ਤੇਜ਼ ਰਫ਼ਤਾਰ ਵਰਨਾ ਕਾਰ ਨੇ 5 ਲੋਕਾਂ ਨੂੰ ਕੁਚਲ ਦਿੱਤਾ। ਉਹ ਲੋਕ ਜੋ ਢਾਬੇ ਤੋਂ ਰੋਟੀ ਖਾ ਕੇ ਬਾਹਰ ਨਿਕਲੇ ਸੀ, ਇਹਨਾਂ ਨੂੰ ਤੇਜ਼ ਰਫ਼ਤਾਰ ਕਾਰ ਆਈ ਜਿਸ ਨੇ ਇਹਨਾਂ 5 ਲੋਕਾਂ ਨੂੰ ਹਵਾ ਦੇ ਵਿੱਚ ਉਡਾ ਦਿੱਤਾ। ਮੁੱਦੇ ਮੂੰਹ ਜ਼ਮੀਨ ਤੇ ਡਿੱਗੇ ਨੇ। ਇਸ ਭਿਆਨਕ ਹਾਦਸੇ ਦੇ ਵਿੱਚ 1 ਨੌਜਵਾਨ ਦੀ ਮੌਤ ਹੋ ਗਈ। ਲੋਕਾਂ ਨੇ ਇਸ ਕਾਰ ਸਵਾਰ ਨੂੰ ਦਬੋਚ ਲਿਆ। ਜਦੋਂ ਪੁੱਛਿਆ ਤਾਂ ਇਸਦੀ ਸ਼ਰਾਬ ਪੀਤੀ ਹੋਈ ਸੀ। ਇਸ ਨੂੰ ਕੋਈ ਹੋਸ਼ ਨਹੀਂ ਕਿ ਇਸਨੇ ਕੀ ਕੁਝ ਕਰ ਦਿੱਤਾ। ਤਾਂ ਬਾਕੀ ਦੇ 4 ਜਾਣੇ ਗੰਭੀਰ ਜ਼ਖਮੀ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਜਲੰਧਰ ਦੇ ਵਿੱਚ ਬੀਤੀ ਰਾਤ ਪਟਵਾਰੀ ਢਾਬੇ ਤੋਂ ਰੋਟੀ ਖਾ ਕੇ ਇਹ ਬਾਹਰ ਨਿਕਲੇ ਸੀ। ਬਾਹਰ ਖੜ ਕੇ ਫੋਟੋਆਂ ਕਰਵਾ ਰਹੇ ਸੀ ਤਾਂ 5 ਦੋਸਤਾਂ ਤੇ ਤੇਜ਼ ਰਫ਼ਤਾਰ ਕਾਰ ਆ ਜਿਹੜੀ, ਉਹ ਇੱਕਦਮ ਆ ਕੇ ਚੜ ਗਈ। ਹਵਾ ਦੇ ਵਿੱਚ ਉੱਡ ਕੇ ਇਹ 5 ਜਾਣੇ ਮੁੱਦੇ ਮੂੰਹ ਜ਼ਮੀਨ ਤੇ ਡਿੱਗੇ ਨੇ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਔਰ 1 ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜੋ ਫਗਵਾੜਾ ਦਾ ਰਹਿਣ ਵਾਲਾ। ਮੌਕੇ ਤੇ ਹੀ ਲੋਕਾਂ ਨੇ ਇਸ ਕਾਰ ਸਵਾਰ ਨੂੰ ਦਬੋਚ ਲਿਆ। ਸ਼ਰਾਬ ਇਸਨੇ ਪੀਤੀ ਹੋਈ ਸੀ। ਕੋਈ ਸੁੱਧ ਬੁੱਧ ਨਹੀਂ ਕਿ ਇਸਨੇ ਕੀ ਕੁਝ ਕੀਤਾ। ਚੁੱਪ ਚਾਪ ਸਾਰਾ ਕੁਝ ਦੇਖਦਾ ਰਿਹਾ। ਤਾਂ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਢਾਬੇ ਤੋਂ ਰੋਟੀ ਖਾ ਕੇ ਬਾਹਰ ਨਿਕਲੇ 5 ਦੋਸਤਾਂ ਨੂੰ ਤੇਜ਼ ਰਫ਼ਤਾਰ ਵਰਨਾ ਕਾਰ ਨੇ ਕੁਚਲ ਦਿੱਤਾ। ਜੋ ਕਾਰ ਨੂੰ ਚਲਾ ਰਿਹਾ ਸੀ ਉਹ ਸ਼ਰਾਬ ਦੇ ਨਾਲ ਧੁੱਤ ਸੀ। ਉਸਨੂੰ ਕੁਝ ਨਹੀਂ ਪਤਾ ਕਿ ਉਸਨੇ ਇਹ ਕੀ ਕਰ ਦਿੱਤਾ। ਇਸ ਭਿਆਨਕ ਹਾਦਸੇ ਦੇ ਵਿੱਚ 1 ਨੌਜਵਾਨ ਦੀ ਦਰਦਨਾਕ ਮੌਤ ਹੋਈ। ਬਾਕੀ ਦੇ ਜ਼ਖਮੀ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਟਵਾਰੀ ਢਾਬੇ ਤੇ ਪਾਰਟੀ ਕਰਕੇ ਇਹ ਲੋਕ ਬਾਹਰ ਨਿਕਲੇ ਸੀ, ਔਰ ਸਿੰਗਲ ਲਾਈਨ ਇਹ ਸੜਕ ਸੀ ਜਿੱਥੇ ਤੇਜ਼ ਰਫ਼ਤਾਰ ਕਾਰ ਦਾ ਕਹਿਰ ਨਜ਼ਰ ਆਇਆ। ਰੋਟੀ ਖਾਣ ਆਏ ਸੀਗੇ, ਪਟਵਾਰੀ ਢਾਬੇ ਤੋਂ ਬਾਹਰ ਨਿਕਲੇ, ਐਕਟਿਵਾ ਸੀ ਪਾਰਕਿੰਗ 'ਚੋਂ ਹਜੇ ਕੱਢੀ ਸੀਗੀ, ਸੜਕ 'ਤੇ ਵੀ ਨਹੀਂ ਸੀਗੇ, ਅਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵੇਲੇ ਗੱਡੀ ਆਈ, ਪਿੱਛੋਂ ਸਾਡੇ ਵੱਜ ਗਈ, ਸਾਨੂੰ ਹੋਸ਼ ਹੀ ਨਹੀਂ ਸੀ, ਸੜਕ 'ਤੇ ਡਿੱਗੇ ਅਸੀਂ। ਉੱਥੇ ਬੰਦਿਆਂ ਨੇ ਸਾਨੂੰ ਆ ਕੇ ਚੱਕਿਆ, ਜਦੋਂ ਉੱਠੇ ਤਾਂ ਸਾਨੂੰ ਪਤਾ ਲੱਗਿਆ ਸਾਡਾ ਐਕਸੀਡੈਂਟ ਹੋ ਗਿਆ। ਸ਼ਰਾਬ ਪ੍ਰਾਪਤ ਕੀਤੀ ਸੀ ਗੱਡੀ ਨੇ ਕੀ ਕੀਤਾ? ਹਾਂਜੀ, ਲੱਗਦਾ ਤਾਂ ਅੱਧੀ ਸੀਗਾ, ਕਿਉਂਕਿ ਜਦੋਂ ਗੱਡੀ 'ਚ ਨਿਕਲੋ ਅੱਧੀ ਮਤਲਬ ਅੱਖਾਂ ਬੰਦ ਕਰਦਾ ਸੀ ਆਪਣੇ। ਬਾਕੀ ਪੁਲਿਸ ਆਪਣੀ ਕਾਰਵਾਈ ਕਰਦੀ ਪਈ। ਹਾਂਜੀ ਹਾਂਜੀ। ਕਿੰਨੇ ਬੰਦੇ ਗਏ? ਕਾਇਲ ਜਿੰਨੇ ਆਏ ਸੀ ਉਹਨਾਂ 'ਚ 1 ਦੋ ਹੀ ਠੀਕ ਆ, ਬਾਕੀ ਸਾਰੇ ਮਾੜੀਆਂ ਮਾੜੀਆਂ ਸੱਟਾਂ ਲੱਗੀਆਂ ਗਈਆਂ ਸਾਰੀਆਂ। ਕਿੰਨੇ ਜਣੇ ਤੁਸੀਂ ਆਏ ਸੀ ਪਟਵਾਰੀ ਢਾਬੇ ਰੋਟੀ ਖਾਣ? 9 ਜਣੇ ਆਏ ਸੀ। 9 ਦੇ ਵਿੱਚ ਕਿੰਨੇ ਦਾਖਲ ਹੋਏ ਇਸ ਟਾਈਮ? ਦਾਖਲ 1 ਦੀ ਡੈਥ ਹੋ ਗਈ, 1 ਹੀ ਦਾਖਲ ਆ ਜੀ। ਪਾ ਨਾ ਪਟਵਾਰੀ ਢਾਬੇ ਡਿਨਰ ਕਰਨ ਆਏ ਸੀਗੇ ਰਾਤੀ, ਅਤੇ ਆਪਾਂ ਡਿਨਰ ਕਰਕੇ ਜਸਟ ਬਾਹਰ ਨਿਕਲੇ ਸੀਗੇ, ਅਤੇ ਪਾਰਕਿੰਗ ਵਾਲੀ ਸਾਈਡ ਆਪਾਂ ਐਕਟਿਵਾ ਬਾਈਕ ਆਪਣੀ ਕੱਢਣ ਲੱਗੇ ਸੀਗੇ। ਉਹਨੇ ਨੂੰ ਵੀ ਸਰ ਫੋਟੋ ਖਿੱਚਦੇ ਪਏ ਸੀਗੇ ਮੇਰੀ ਸਿਸਟਰ ਦੀ, ਅਤੇ ਉਹ ਤੋਂ ਬਾਅਦ ਸਾਡੇ 5 ਕੁ ਬੰਦੇ ਨਾ ਇੱਧਰ ਖੜ੍ਹੇ ਸੀਗੇ ਪਾਰਕਿੰਗ ਦੀ ਬਿਲਕੁਲ ਸਾਈਡ ਦੀ, ਰੋਡ ਦੀ ਬਿਲਕੁਲ ਸਾਈਡ 'ਤੇ ਖੜ੍ਹੇ ਸੀਗੇ 5 ਬੰਦੇ, ਸਾਡੀ ਵੇਟ ਕਰਦੇ ਸੀਗੇ ਕਿ ਆਪਾਂ 2 ਬੰਦੇ ਆਉਣ ਅਤੇ ਆਪਾਂ ਚੱਲੀਏ ਘਰ ਨੂੰ। ਅਤੇ ਉੱਥੋਂ ਦੀ ਨਾ ਵਰਨਾ ਗੱਡੀ ਆਈ ਸਰ ਬਹੁਤ ਜ਼ਿਆਦਾ ਸਪੀਡ 'ਤੇ, ਸਿੱਧੇ ਇਹਨਾਂ ਨੂੰ 5 ਬੰਦਿਆਂ ਨੂੰ ਉਹਨਾਂ ਨੇ ਹਿੱਟ ਕੀਤਾ। ਇੱਕ ਦੀ ਡੈਥ ਹੋ ਗਈ, ਮੇਰੀ ਭੈਣ ਆ ਜਿਹੜੀ ਉਹ ਆਈ ਸੀ ਯੂ 'ਚ ਦਾਖਲ ਆ, ਅਤੇ 1 ਤਾਂ ਭਾਈ ਸਿਰ ਪਾਟਾ ਸੀਗਾ, ਅਤੇ 1 ਦੇ ਟਾਂਕੇ ਲੱਗੇ ਆ, ਅਤੇ 1 ਦੇ ਕੋਹਣੀ ਵਗੈਰਾ ਖਰੋਚਾ ਵਗੈਰਾ ਆਈ ਆ ਲੱਤਾਂ 'ਤੇ ਅਤੇ ਬਾਹਾਂ 'ਤੇ। ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ, ਠੀਕ ਆ, ਡਰਿੰਕ ਕੀਤੀ ਹੋਈ ਸੀਗੀ, ਅਤੇ ਉਸ ਤੋਂ ਬਾਅਦ ਉਹ ਕੋਈ ਹੋਸ਼ ਆਵਾਜ਼ 'ਚ ਨਹੀਂ ਸੀਗਾ, ਸਿਰਫ ਚੁੱਪ ਕਰਕੇ ਇੱਦਾਂ ਦੇਖ ਰਿਹਾ ਸੀ ਜਿੱਦਾਂ ਕੁਛ ਹੋਇਆ ਹੀ ਨਹੀਂ ਹੁੰਦਾ। ਅਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ, ਸਿੰਗਲ ਰੋਡ ਸੀਗੀ, ਸਿੰਗਲ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜ੍ਹਾ ਬਹੁਤ ਸੀਗਾ, ਉਹਦੇ ਪਰ ਗੱਡੀਆਂ ਬਾਈਕਾਂ ਸਭ ਕੁਛ ਸੀਗਾ, ਤਾਂ ਵੀ ਉਹ ਬਹੁਤ ਜ਼ਿਆਦਾ ਸਪੀਡ 'ਤੇ ਆਇਆ ਕਿ ਆਪਾਂ ਸਾਈਡ 'ਤੇ ਵੀ ਖੜ੍ਹੇ ਸੀਗੇ, ਉਹਨੇ ਸਾਰੇ ਬੰਦੇ ਭਾਈ ਚੱਕ ਕੇ ਮਾਰੇ। ਕੱਲ੍ਹ ਮੈਂ ਅਤੇ ਮੇਰਾ ਭਰਾ ਅਤੇ ਨਾਲ ਸਾਡੇ ਕੁਛ ਦੋਸਤ ਅਸੀਂ ਰੋਟੀ ਖਾਣ ਪਟਵਾਰੀ ਢਾਬੇ ਗਏ ਸੀਗੇ, ਅਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ, ਅਤੇ ਫੋਟੋਆਂ ਖਿਚਾਈਆਂ ਅਸੀਂ। ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕੱਢਣ ਚਲੇ ਗਏ, ਉਹ ਹਜੇ ਉੱਥੇ ਸਾਈਡ 'ਤੇ ਬੈਠੇ ਸੀ, ਅਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ। ਮੈਂ ਫੋਟੋ ਕਰਾਂ, ਇਸ ਸਾਈਡ ਆਇਆ, ਇੰਨੇ ਨੂੰ ਇੱਕ ਤੇਜ਼ ਗੱਡੀ ਆਈ, ਉਹਨਾਂ ਨੇ 5-6 ਜਣੇ ਨੂੰ ਇੱਦਾਂ ਉਡਾ ਕੇ ਮਾਰਿਆ।
ਜਿਹਦੇ ਚ ਮੇਰੇ ਭਰਾ ਦੀ ਡੈਥ ਹੋ ਗਈ। ਕੀ ਨਾਮ ਕਿ ਉਹਨਾਂ ਦਾ? ਧੀਰਜ ਸੀਗਾ। ਤੇ ਘਾਇਲ ਕਿੰਨੇ ਹੋਏ? ਤੇ 4 ਘਾਇਲ ਹੋਏ ਆ। 4 ਤੋਂ 5 ਘਾਇਲ? ਹਾਂਜੀ। ਤੇ ਉਹਨਾਂ ਦੀ ਹਾਲਤ ਕਿੱਦਾਂ? ਇੱਕ ਆਈਸੀਯੂ ਦੇ ਵਿੱਚ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਆ, ਇੱਕ ਦੇ ਸਿਰ ਤੇ ਲੱਗੀ ਆ ਤੇ ਬਾਕੀਆਂ ਦੇ ਲੱਗੀਆਂ ਹੋਰ ਆ। ਪੁਲਿਸ ਦਾ ਕੀ ਕਹਿਣਾ? ਹਾਂਜੀ ਉਹ ਆਈਸੀਯੂ ਦੇ ਵਿੱਚ ਆ ਜੀ ਇਸ ਟਾਈਮ। ਪੁਲਿਸ ਦਾ ਹੁਣ ਕੀ ਕਹਿਣਾ ਇਸ ਤੇ? ਪੁਲਿਸ ਕਰ ਰਹੀ ਆਪਣੀ ਕਾਰਵਾਈ। ਮਾਮਲਾ ਦਰਜ ਕਰਤਾ ਪੁਲਿਸ? ਹਾਂਜੀ ਕਰ ਰਹੇ ਆ ਜੀ, ਪੋਸਟਮਾਰਟਮ ਲਈ ਹੁਣ ਜਾ ਰਹੇ ਜਲੰਧਰ। ਤੇ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕੁਝ ਪੁੱਛਿਆ ਕਿ ਤੁਸੀਂ ਸਾਥ ਕਿਸ ਬੰਦੇ ਨਾਲ? ਬੰਦਾ ਦੀਪਨਗਰ ਦਾ ਰਹਿਣ ਵਾਲਾ। ਰਾਤ ਨੂੰ ਜੀ ਅਸਰ ਸੀਗਾ ਜੀ, ਤੇ ਮੈਨੂੰ ਟੈਲੀਫੋਨ ਕਾਲ ਹੋਇਆ ਕਿ ਪਟਵਾਰੀ ਢਾਬੇ ਦੇ ਇਲਾਕੇ ਨਾਲ ਇੱਕ ਗੱਡੀ ਨੇ ਪਾਰਕ ਦੇ ਬਾਹਰ ਖੜਿਆਂ ਨੂੰ ਹੇਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਾਲ ਦਾਖਲ ਕਰਵਾਇਆ ਗਿਆ। ਤੇ ਜਿੱਥੋਂ ਕਿ ਮੈਨੂੰ ਟੈਲੀਫੋਨ ਕਾਲ ਹੋਇਆ ਕਿ ਜਿਹੜੇ ਉੱਥੇ ਦਾਖਲ ਕਰਵਾਏ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾ ਨਾਮ ਦਾ ਲੜਕਾ ਹੈ ਜਿਸਦੀ ਉਮਰ 22 ਸਾਲ ਹੈ, ਉਹਦੀ ਮੌਤ ਹੋ ਗਈ ਹੈ। ਤੇ ਮੈਂ ਮੌਕੇ 'ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਅਤੇ ਉਹਦੇ ਭਰਾ ਨੇ ਜੋ ਬਿਆਨ ਲਿਖਾਇਆ ਹੈ ਉਹਦੇ ਬਿਆਨਾਂ ਦੇ ਆਧਾਰ 'ਤੇ ਅਸੀਂ ਉਹਦੀ FIR ਦਰਜ ਕਰ ਰਹੇ ਹਾਂ ਅਤੇ ਬਾਕੀ ਜੋ ਵੀ ਕਾਰਵਾਈ ਹੈ ਉਹ ਅਮਲ 'ਚ ਲਿਆ। ਉਸ ਤੋਂ ਇਲਾਵਾ ਧੀਰਜ ਤੋਂ ਇਲਾਵਾ ਹੋਰ ਉਹਦੀ ਤਾਂ ਜਿੱਦਾਂ ਡੈਥ ਹੋ ਗਈ ਹੈ ਅਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ? ਹਾਂ ਇੱਕ ਲੜਕੀ ਆ ਉਹਦੇ ਵੀ ਮੇਰੇ ਦਾਦੀ ਆ, ਉਹ ਵੀ ਸਿਰੀਆ ਸੀਆ ਨਾਮ ਦੀ ਲੜਕੀ ਹੈ ਅਤੇ ਨਾਲ ਹੋਰ ਜ਼ਖਮੀ ਹੋਈ ਹੈ ਅਤੇ ਉਹਨਾਂ ਨੂੰ ਅਸੀਂ ਬਿਆਨ ਦੇਖਾਂਗੇ।